ਹੈਲੋ एवरीवन वेरी गुड इवनिंग टू ऑल वेलकम टू सक्सेस टी सफलता ਦੇ ਇੱਕ ਵਿੱਚ ਤੁਹਾਡਾ ਸਾਰਾ ਨਿੱਘਾ ਸਵਾਗਤ ਹੈ ਮੇਰਾ ਨਾਮ ਹੈ ਜਸਕਰਨ ਸਿੰਘ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੇ ਆਦਾਬ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਅਸੀਂ ਇਹ ਸੀਰੀਜ਼ ਇਸ ਲਈ ਸ਼ੁਰੂ ਕੀਤੀ ਹੋਈ ਹੈ ਤਾਂ ਕਿ ਜਿਹੜੇ ਆਪਾਂ ਕਰੰਟ ਅਫੇਅਰ ਮਾਰਨਿੰਗ ਦੇ ਵਿੱਚ ਕੀਤੇ ਆ ਜੋ ਆਪਣੀ ਡੇਲੀ ਕਰੰਟ ਅਫੇਅਰ ਦੀ ਕਲਾਸ ਜਾਂਦੀ ਹੈ ਸਵੇਰੇ 10 ਵਜੇ ਜੋ ਕਿ ਸக்ஸੈਸਟੀ ਪੰਜਾਬ ਦੇ ਚੈਨਲ ਤੇ ਹੁੰਦਾ ਠੀਕ ਹੈ ਉਸ ਕਰੰਟ ਅਫੇਅਰ ਦੀ ਉਸ ਨਿਊਜ਼ ਦੀ ਰਿਵੀਜ਼ਨ ਕਰਨ ਵਾਸਤੇ ਸਿਰਫ ਤੇ ਸਿਰਫ ਰਿਵੀਜ਼ਨ ਕਰਨ ਵਾਸਤੇ ਇਹ ਸੈਸ਼ਨ ਸਟਾਰਟ ਕੀਤਾ ਹੈ ਤੇ ਆਪਾਂ ਰਿਵੀਜ਼ਨ ਉਹਦੀ ਕਿਵੇਂ ਕਰਨੀ ਹੈ ਆਪਾਂ ਜਿਹੜੀਆਂ ਮਾਰਨਿੰਗਸ ਦੇ ਵਿੱਚ ਨਿਊਜ਼ ਕੀਤੇ ਆ ਉਸ ਨਿਊਜ਼ ਦੇ ਵਿੱਚੋਂ ਮੋਸਟ ਇੰਪੋਰਟੈਂਟ ਸਿਰਫ ਤੇ ਸਿਰਫ ਮੋਸਟ ਇੰਪੋਰਟੈਂਟ ਕੁਸ਼ਨ ਜਿਹੜੇ ਹੋਣਗੇ 5 ਸਟ ਇੰਪੋਰਟੈਂਟ ਕੁਸ਼ਨ ਆਪਾਂ ਚੂਸ ਕਰਕੇ ਉਹ ਆਪਾਂ ਉਹਦੇ ਕਰਾਂਗੇ ਠੀਕ ਹੈ ਤਾਂ ਕਿ ਉਹ ਨਾਲ ਕੀ ਹੋ ਜੂਗਾ ਆਪਾਂ ਨੂੰ ਇੱਕ ਆਈਡੀਆ ਹੋ ਜਾਊਗਾ ਆਪਾਂ ਨੂੰ ਯਾਦ ਰਹਿ ਜਾਊਗਾ ਜੋ ਆਪਾਂ ਮਾਰਨਿੰਗ ਦੇ ਵਿੱਚ ਨਿਊਜ਼ ਕਿਤੇ ਦੀ ਸ਼ਾਮ ਤੱਕ ਯਾਦ ਹੈ ਐਦਾਂ ਹੀ ਜਦੋਂ ਵੀ ਤੁਸੀਂ ਕਦੇ ਇਨ ਫਿਊਚਰ ਜੇ ਤੁਸੀਂ ਰਿਵੀਜ਼ਨ ਕਰਨੀ ਹੈ ਤਾਂ ਸਾਰੀ ਵੀਡੀਓ ਦੇਖਣ ਤੋਂ ਵਧੀਆ ਤੁਸੀਂ ਇਹ ਸੈਸ਼ਨ ਦੇਖ ਲਓ ਜਿਹਦੇ ਵਿੱਚ ਤੁਹਾਨੂੰ ਇਹ ਪਤਾ ਚੱਲ ਜੂਗਾ ਜੀ ਪੰਜ ਬੋਸਟ ਇੰਪੋਰਟੈਂਟ ਨਿਊਜ਼ ਕਿਹੜੀਆਂ ਸੀ ਉਹਦੇ ਐਮਸੀਕਿਊ ਕਿਹੜੇ ਸੀ ਉਸ ਨਿਊਜ਼ ਦੇ ਵਿੱਚ ਮੇਨ ਮੇਨ ਡਿਟੇਲਸ ਕਿਹੜੀਆਂ ਸੀ ओके okay, चलो बस ਤੁਸੀਂ ਕਰਨਾ ਕੁਝ ਨਹੀਂ ਹੈ ਆਪਣੇ ਦਿਨ ਦੇ ਵਿੱਚੋਂ 5 ਜਾਂ ਹਾਰਲੀ 10 ਮਿੰਟ ਕੱਢਨੇ ਆ ਠੀਕ ਆ ਉਹਦੇ ਵਿੱਚ ਨਾਲ-ਨਾਲ ਬਹਿ ਕੇ ਤੁਸੀਂ ਸੋਲਵ ਕਰਦੇ ਨੇ ਨਾ ਨਾਲ-ਨਾਲ ਆਨਸਰ ਕਰਦੇ ਨੇ ਨਾ ਨਾਲ ਦਾ ਦੇਖਦੇ ਰਹਿਣਾ ਵੀ ਇਸ ਨਿਊਜ਼ ਦੇ ਵਿੱਚ ਸੀਗਾ ਕੀ ਉਸ ਕੁਐਸਚਨ ਦੇ ਵਿੱਚ ਐਕਚੁਅਲੀ ਹੈ ਕੀ ਚੀਜ਼ ਓਕੇ ਚਲੋ ਫਿਰ ਅੱਜ ਦੀ ਕਲਾਸ ਦੀ ਸ਼ੁਰੂਆਤ ਕਰਦੇ ਆ ਚਲੋ ਜੀ ਸਭ ਤੋਂ ਪਹਿਲਾ ਕੁਐਸਚਨ ਦੇਖਦੇ ਆ ਅੱਜ ਦੀ ਕਲਾਸ ਦਾ ਓਕੇ ਸਭ ਤੋਂ ਪਹਿਲਾ ਕੁਐਸਚਨ ਦੇਖੋ ਕੀ ਲਿਖਿਆ ਹੂ ਹੈਜ਼ ਬੀਨ ਕਨਫਰਡ ਫਰਾਜ਼ ਟੋਪ ਸਿਵਿਲਨ ਓਨਰ ਸ਼ੈਵਲੇਅਰ ਦ ਲੇ ਲੀਜਨ ਦ ਓਨਰ ਠੀਕ ਹੈ ਹੁ ਦੇਖੋ ਅਗਰ ਫਰਾਜ਼ ਦੀ ਗੱਲ ਕਰੀ ਤਾਂ ਫਰਾਜ਼ ਦੇ ਵਿੱਚ ਇੱਕ ਅਵਾਰਡ ਦਿੱਤਾ ਜਾਂਦਾ ਉਸ ਅਵਾਰਡ ਦੀ ਗੱਲ ਕਰੀ ਤਾਂ ਉਹਨਾਂ ਨੂੰ ਟੋਪ ਸਿਵਿਲਨ ਅਵਾਰਡ ਕਹਿੰਦੇ ਆ ਕਿਹੜਾ ਅਵਾਰਡ ਕਹਿੰਦੇ ਆ ਟੋਪ ਸਿਵਿਲਨ ਅਵਾਰਡ ਕਹਿੰਦੇ ਆ ਹੁ નોਟ ਟੋਪ ਸਿਵਿਲਨ ਦਾ ਅਵਾਰਡ ਦਾ ਕੀ ਨਾਮ ਹੈ ਸ਼ੈਵਲੇਅਰ ਦ ਲਾ ਲੀਜਨ ਦਾ ਓਨਰ ਠੀਕ ਹੈ ਮਤਲਬ ਇੱਕ ਅਵਾਰਡ ਦਾ ਨਾਮ ਹੈ ਠੀਕ ਹੈ ਅਗਰ ਇਹੀ ਅਵਾਰਡ ਦੀ ਗੱਲ ਕਰੇ ਤਾਂ ਇਸ অপਸ਼ਨਾਂ ਦਿੱਤੇ ਆਪਾਂ ਨੇ ਰਾਈਟ ਆਪਸ ਵਿੱਚ ਦਿਖਣੀ ਹੈ ਠੀਕ ਹੈ ਤਾਂ ਅਗਰ ਕੁਐਸਚਨ ਦੇ ਵਿੱਚ ਧਿਆਨ ਨਾਲ ਦੇਖੋ ਤਾਂ ਉਹਨਾਂ ਨੇ ਗੱਲ ਕੀਤੀ ਹੈ ਲੇਕ ਅਗਰ ਇਹ ਵੀ ਲਿਖਿਆ ਹੋਵੇ ਨਾਲ ਰੀਜ਼ਨ ਵੀ ਲਿਖਿਆ ਹੋਵੇ ਕਿਹੜੇ ਪਰਸਨ ਨੂੰ ਦਿੱਤਾ ਜਾ ਰਿਹਾ ਤਾਂ ਉਸ ਚੀਜ਼ ਤੇ ਖਾਸ ਫੋਕਸ ਕਰਨਾ ਅਗਰ ਇਸ ਦੀ ਗੱਲ ਕਰੀਏ ਤਾਂ ਇਹ ਉਹਦੇ ਅਕੋਰਡਿੰਗ ਹੈ ਕਿਦੇ ਅਕੋਰਡਿੰਗ ਹੈ ਰੀਸੈਂਟਲੀ ਜੋ ਚੀਜ਼ ਦਿੱਤੀ ਗਈ ਹੈ ਜੋ ਅਵਾਰਡ ਰੀਸੈਂਟਲੀ ਦਿੱਤਾ ਗਿਆ ਉਹਦੇ ਰਿਗਾਰਡਿੰਗ ਇਹ ਕੁਐਸਚਨ ਪੁੱਛਿਆ ਗਿਆ ਲੇਕਿਨ ਲੇਕਿਨ ਅਗਰ ਇਹ ਕਿਹਾ ਜਾਵੇ ਵੀ ਇਹ ਜਿਹੜਾ ਅਵਾਰਡ ਦਿੱਤਾ ਗਿਆ ਹੈ ਇਹ ਦਿੱਤਾ ਗਿਆ ਉਸ ਪਰਸਨ ਨੂੰ ਜਿਸ ਪਰਸਨ ਨੇ ਸਪੀਕਿੰਗ ਤੇ ਰਾਈਟਿੰਗ ਦੇ ਵਿੱਚ ਕੁਝ ਮਤਲਬ ਐਜਾ ਮਤਲਬ ਵਧੀਆ ਕੰਮ ਕੀਤਾ ਹੋਇਆ ਜਿਹਦੇ ਕਰਕੇ ਉਹਨੂੰ ਇਹ ਅਵਾਰਡ ਦਿੱਤਾ ਜਾਂਦਾ ਹੈ ਤਾਂ ਉਹ ਪਰਸਨ ਇਹਨਾਂ ਦੇ ਵਿੱਚੋਂ ਨਹੀਂ ਹੋਊਗਾ ਇਹ ਚੀਜ਼ ਤੇ ਫੋਕਸ ਕਰਨਾ ਠੀਕ ਹੈ ਇਸ ਕੁਐਸਚਨ ਦੀ ਅਗਰ ਰਾਈਟ ਆਨਸਰ ਦੀ ਗੱਲ ਕਰੇ ਤਾਂ ਆਪਨੇ ਕੋਲ ਕੀਆ ਆਪਸ਼ਨ ਐ ਸਵਾਤੀ ਪਿਰਨਾਮਲੀ ਸੀ ਰਾਈਟ ਆਨਸਰ ਇਸ ਕੁਐਸਚਨ ਦੀ ਠੀਕ ਹੈ ਅਗਰ ਮੈਂ ਇਦੀ ਗੱਲ ਕਰਾਂ ਸਪੀਕਿੰਗ ਤੇ ਰਾਈਟਿੰਗ ਦੀ ਅਗੇਨ ਠੀਕ ਹੈ ਜੋ ਕਿ ਫ੍ਰੈਂਚ ਵੱਲੋਂ ਫ੍ਰਾਂਸ ਵੱਲੋਂ ਦਿੱਤਾ ਜਾਂਦਾ ਹੈ ਠੀਕ ਹੈ ਜੋ ਆਪਨੇ ਕੋਲ ਕੀਆ ਸ਼ੈਵਰਲੇ ਦਾਲੀ ਰੀਜਨ ਅਵਾਰਡ ਹੈ ਠੀਕ ਹੈ ਆਨਰ ਅਵਾਰਡ ਹੈ ਠੀਕ ਹੈ ਅਗਰ ਆਪਾਂ ਗੱਲ ਕਰੀਏ ਸਪੀਚਸ ਦੀ ਠੀਕ ਹੈ ਜੋ ਜੋ ਨੇ ਸਪੀਕਿੰਗ ਦਿੱਤੀ ਆ ਸੀ ਜੋ ਨੇ ਸਪੀਚਸ ਦਿੱਤੀ ਹੈ ਜਾਂ ਉਹਨੇ ਰਾਈਟਿੰਗ ਲਿਖੀ ਆ ਉਹਨੇ ਰਿਗਾਰਡਿੰਗ ਤਾਂ ਉਹਰੇ ਲਈ ਆਪਣੇ ਕੋਲ ਆਨਸਰ ਕੀ ਆ ਜਾਊਗਾ ਸ਼ਸ਼ੀ ਟਰੂ ਆ ਲੁਗਾ ਆਨਸਰ ਉਦਾਹਰਨ ਕੀ ਆ ਜੂਗਾ ਮਿਸਟਰ ਸ਼ਸ਼ੀ ਥਰੂ ਜਿਨ੍ਹਾਂ ਨੇ ਜੋ ਆਪਣੀ ਸਪੀਚਸ ਲਿਖੀਆਂ ਜੋ ਉਹਨਾਂ ਦੀ ਰਾਈਟਿੰਗ ਲਈ ਹੈ ਜਿਹਦੇ ਕਰਕੇ ਉਹਨਾਂ ਨੂੰ ਇਹ ਅਵਾਰਡ ਦਿੱਤਾ ਜਾ ਰਿਹਾ ਕਿਹਦੇ ਵੱਲੋਂ ਦਿੱਤਾ ਜਾ ਰਿਹਾ ਸੀ ਉਹ ਫਰਾਂਸ ਵੱਲੋਂ ਦਿੱਤਾ ਜਾ ਰਿਹਾ ਸੀ ਠੀਕ ਹੈ ਅਗਰ ਇਹ ਲਿਖਿਆ ਹੋਵੇ ਤਾਂ ਆਨਸਰ ਕੀ ਆ ਜੂਗਾ ਪ੍ਰੋਫੈਸਰ ਸ਼ਸ਼ੀ ਥਰੂ ਅਗਰ ਨਾਰਮਲ ਇਹ ਲਿਖਿਆ ਹੋਵੇ ਜਿਦੇ ਵਿੱਚ ਆਪਾਂ ਨੂੰ ਰੀਸੈਂਟਲੀ ਵਰਡ ਲਿਖਿਆ ਹੀ ਹੋਊਗਾ ਠੀਕ ਹੈ ਅਗਰ ਨਾਰਮਲੀ ਇਹ ਲਿਖਿਆ ਹੈ ਨਾ ਮਤਲਬ ਜੋ ਰੀਸੈਂਟਲੀ ਦਿੱਤਾ ਗਿਆ ਤੁਸੀ ਉਹੀ ਪਿਕ ਕਰਨਾ ਓਕੇ ਇਹ ਚੀਜ਼ ਦਾ ਹਮੇਸ਼ਾ ਤੱਕ ਰੱਖਿਓ ਚਲੋ ਨੈਕਸਟ ਕੁਐਸਚਨ ਤੇ ਚੱਲਦੇ ਆਂ नेक्स्ट क्वेश्चन है बॉडी सिक्योरिटी फोर्सेस फर्स्ट फीमेल कैमल राइडिंग स्कोर विल बी पार्टिसिपेटिंग फॉर द फर्स्ट टाइम इन डैश परेड ठीक है ऑन फर्स्ट दिसंबर 2022 ਹੁਣ ਬੀਐਸਐਫ ਨੇ ਕੀ ਕੀਤਾ ਉਹਨਾਂ ਨੇ ਇੱਕ ਨਵੀਂ ਸਕਿਉਰਿਟੀ ਫੋਰਟ ਤਿਆਰ ਕੀਤੀ ਮਤਲਬ ਇੱਕ ਸਕਵਾਡ ਨਵੀਂ ਹੈ ਜਿਸ ਸਕੋਰ ਦੇ ਵਿੱਚ ਸਕਵਾਡ ਦੇ ਵਿੱਚ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਜਿਹੜੀ ਊਮਨਸ ਸੀ ਉਹਨਾਂ ਨੂੰ ਹਾਇਰ ਕੀਤਾ ਕਹਿੰਦਾ ਮਤਲਬ ਆਪਣੇ ਕੋਲ ਕੀ ਆ ਗਿਆ ਜਿਹੜੇ ਉਹ ਕੈਮਲ ਰਾਈਡਿੰਗ ਸਕੋਰਡ ਹੈ ਉਸ ਕੈਮਲ ਰਾਈਡਿੰਗ ਸਕੋਰਡ ਦੇ ਵਿੱਚ ਜੋ ਵੀ ਹੁਣ ਆਇਆ ਉਹ ਸਾਰੀਆਂ ਸਾਰੀਆਂ ਕੀ ਆਈਆਂ ਊਮਨਸ ਆਈਆਂ ਓਕੇ ਹੁਣ ਜਿਹੜੇ ਸਾਰੇ ਕੈਮਲ ਰਾਈਡਿੰਗ ਸਕੋਰ ਸੀ ਇਹ ਕੈਮਲ ਰਾਈਡਿੰਗ ਸਕੋਰ ਕਿੱਥੇ ਵਰਕ ਕਰੂਗੀ ਇਹ ਵਰਕ ਕਰੂਗੀ ਬਾਰਡਰ ਤੇ ਕਿਹੜੇ ਬਾਰਡਰ ਦੀ ਗੱਲ ਕਰ ਰਹੇ ਆਪਾਂ ਜੋ ਆਪਣਾ ਪਾਕਿਸਤਾਨ ਨਾਲ ਲੱਗਦਾ ਹੈ ਪਾਕਿਸਤਾਨ ਨਾਲ ਅਗਰ ਗੱਲ ਕਰੀਏ ਕਿਹੜੇ ਕਿਹੜੇ ਸਟੇਟ ਦੇ ਬਾਰਡਰ ਦੇ ਵਿੱਚ ਇਹ ਕੈਮਲ ਰਾਈਡਿੰਗ ਫੋਰਸ ਹੋਗੀ ਜਾਂ ਸਕਵਰਡ ਹੋਗੀ ਤਾਂ ਉਹਰੇ ਵਿੱਚ ਆਪਣੇ ਕੋਲ ਕਿਹੜੀ ਆ ਜਾਂਦੀ ਹੈ ਇੱਕ ਤਾਂ ਆ ਜਾਂਦੀ ਹੈ ਰਾਜਸਥਾਨ ਆ ਜਾਂਦੀ ਹੈ ਤੇ ਦੂਜੀ ਆਪਣੇ ਕੋਲ ਕਿਹੜੀ ਆ ਜਾਂਦੀ ਹੈ ਗੁਜਰਾਤ ਆ ਜਾਂਦੀ ਹੈ ਦੂਜੀ ਆਪਣੇ ਕੋਲ ਕਿਹੜੀ ਆ ਜਾਂਦੀ ਹੈ ਗੁਜਰਾਤ ਆ ਜਾਂਦੀ ਹੈ ਲੇਕਿਨ ਕੁਐਸਚਨ ਦੇ ਵਿੱਚ ਇਹ ਚੀਜ਼ ਨਹੀਂ ਲਿਖੀ ਕੁਐਸਚਨ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਹ ਫੀਮੇਲ ਕੈਮਲ ਰਾਈਡਿੰਗ ਸਕਵਰਡ ਸੀਗੀ ਠੀਕ ਹੈ ਉਹ ਸਕੋਰ ਤੇ ਰਿਲੇਟਿਡ ਕੀ ਹੋ ਰਿਹਾ ਇੱਕ ਮਤਲਬ ਅੱਗੇ ਪਰੇ ਕਾਦੀ ਪਰੇਡ ਹੋਊਗੀ ਉਹ ਬੀਐਸਐਫ ਦੀ ਪਰੇਡ ਹੋਊਗੀ ਕਦੋਂ ਹੋਣੀ ਹੈ ਉਹ 1 ਦਸੰਬਰ 2022 ਨੂੰ ਹੋਣੀ ਹੈ ਕਦੋਂ ਹੋਣੀ ਹੈ 1 ਦਸੰਬਰ 2022 ਨੂੰ ਉਹ ਪਰੇਡ ਹੋਣੀ ਹੈ ਉਹ ਪਰੇਡ ਦਾ ਨਾਮ ਕੀ ਹੈ ਜੋ ਸਿਰਫ ਤੇ ਸਿਰਫ ਜੋ ਸਿਰਫ ਤੇ ਸਿਰਫ ਬੀਐਸਐਫ ਦੇ ਰਿਲੇਟਿਡ ਹੈ ਉਸ ਪਰੇਡ ਦਾ ਕੀ ਨਾਮ ਹੈ ਮੇਨ ਕੁਐਸਚਨ ਉਹਨਾਂ ਨੇ ਇਹ ਪੁੱਛਿਆ ਆਪਸ਼ਨ ਆਪਣੇ ਕੋਲ ਕਿਹਨੇ ਡਿਬੈਲੀਅਨ ਡੇ ਸ਼ਾਈਂਡ ਡੇ ਰਾਈジング ਡੇ ਤੇ ਅਰਾਈジング ਡੇ ਠੀਕ ਹੈ ਤਾਂ ਇਸ ਪਰੇਡ ਦਾ ਕੀ ਨਾਮ ਰੱਖਿਆ ਗਿਆ ਆਪਸ਼ਨ ਸੀ ਰਾਈジング ਡੇ ਪਰੇਡ ਦਾ ਕੀ ਨਾਮ ਹੈ ਆਪਸ਼ਨ ਸੀ ਰਾਈਜ਼ਿੰਗ ਡੇ ਓਕੇ ਚਲੋ ਨੈਕਸਟ ਚੱਲਦੇ ਆ ਆਪਣਾ ਨੈਕਸਟ ਦੇਖੋ ਆਪਣੇ ਕੋਲ ਕੀ ਹੈ ਵਿਚ ਕੰਟਰੀ ਬਿਕਮ ਦੀ ਫਰਸਟ ਲਾਰਜੈਸਟ ਆਇਲ ਸਪਲਾਇਰ ਇ ਟੂ ਇੰਡੀਆ ਇਨ ਅਗਸਟ 2022 ਮਤਲਬ ਪਿਛਲੇ ਮਹੀਨੇ ਦੀ ਗੱਲ ਹੋਈ ਹੈ ਪਿਛਲੇ ਮਹੀਨੇ ਦੇ ਵਿੱਚ ਗੱਲ ਹੋਈ ਆ ਉਸ ਮਹੀਨੇ ਵਿੱਚ ਉਹਨਾਂ ਨੇ ਕੀ ਕਿਹਾ ਤੁਸੀਂ ਇਹ ਦੱਸੋ ਕਿ ਇੰਡੀਆ ਨੇ ਇੰਡੀਆ ਨੇ ਕਿਹੜੀ ਕਹੇ ਜੀ ਕੰਟਰੀ ਤੋਂ ਆਇਲ ਸਭ ਤੋਂ ਜ਼ਿਆਦਾ ਖਰੀਦਿਆ ਆਇਲ ਦਾ ਮਤਲਬ ਉਹਨੇ ਕੀ ਕਰਿਆ ਕਰੂਡ ਆਇਲ ਠੀਕ ਹੈ ਉਹ ਸਭ ਤੋਂ ਕਿਹੜੀ ਕੰਟਰੀ ਤੋਂ ਜ਼ਿਆਦਾ ਖਿੱਚੇ ਆਪਸ਼ਨ ਦੇਖੋ ਸਾਊਦੀ ਅਰੇਬੀਆ ਈਰਾਨ ਰਸ਼ੀਆ ਤੇ ਚਾਈਨਾ ਇਹਨਾਂ ਦੀ ਗੱਲ ਕੀਤੀ ਹੋਈ ਹੈ ਠੀਕ ਹੈ ਜੋ ਇਹ ਨਿਊਜ਼ ਸੀ ਇਸ ਨਿਊਜ਼ ਰੀਸੈਂਟ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਇੱਕ ਕੰਟਰੀ ਨੇ ਕਿਸੇ ਹੋਰ ਕੰਟੀਨਿਊ ਸਰਪਾਸ ਕਰਤਾ ਇੰਡੀਆ ਦੇ ਮਤਲਬ ਇੰਡੀਆ ਨੂੰ ਔਇਲ ਸਪਲਾਈ ਕਰਨ ਦੇ ਵਿੱਚ ਇੰਡੀਆ ਨੂੰ ਅਵਾਇਲ ਸਪਲਾਈ ਕਰਨ ਦੇ ਵਿੱਚ ਉਹ ਜਿਹੜੀ ਕੰਟਰੀ ਸੀ ਉਹ ਕਿਹੜੀ ਪੋਜੀਸ਼ਨ ਤੇ ਆ ਗਈ ਸੈਕਿੰਡ ਪੋਜੀਸ਼ਨ ਤੇ ਆ ਗਈ ਤੇ ਥਰਡ ਪੋਜੀਸ਼ਨ ਦੇ ਕੰਟਰੀ ਸੀ ਜਿਹਨੂੰ ਉਹਨੇ ਕੀ ਕਰਤਾ ਮਤਲਬ ਸੈਕਿੰਡ ਪੋਜੀਸ਼ਨ ਤੇ ਪਹਿਲਾ ਸੀ ਜਿਹਨੂੰ ਰਿਪਲੇਸ ਕਰਕੇ ਉੱਪਰ ਆ ਗਈ ਹੁਣ ਨੋਵਲੀ ਕੰਟਰੀ ਕਿਤੇ ਆ ਗਈ ਥਰਡ ਪੋਜੀਸ਼ਨ ਤੇ ਆ ਗਈ ਉਹ ਮੈਂ ਸਾਰੇ ਦੱਸ ਦੂੰਗਾ ਇਹਨਾਂ ਚੋਂ ਕਿਹੜੀ ਕੰਟਰੀ ਕਿਹੜੀ-ਕਿਹੜੀ ਪੋਜੀਸ਼ਨ ਤੇ ਹੈ ਠੀਕ ਹੈ ਓਕੇ 19 ਕੁਐਸਚਨ ਦੀ ਗੱਲ ਕਰੀਏ ਉਹਨੇ ਉਹਰੇ ਕੀ ਪੁੱਛਿਆ ਉਹਨੇ ਕਿਹਾ ਫਰਸਟ ਕਿਹਾ ਲੇਕਿਨ ਜੋ ਆਪਾਂ ਮਾਰਨਿੰਗ ਦੇ ਵਿੱਚ ਨਿਊਜ਼ ਕੀਤੀ ਸੀ ਮਾਰਨਿੰਗ ਦੇ ਵਿੱਚ ਜਿਹੜੀ ਨਿਊਜ਼ ਕੀਤੀ ਸੀ ਉਹਦੇ ਉਹਦੇ ਵਿੱਚ ਗੱਲ ਹੋਈ ਸੀ ਸੈਕਿੰਡ ਦੀ ਤਾਂ ਆਨਸਰ ਨੂੰ ਫਟਾਫਟ ਮਤਲਬ ਕਾਲੀ ਕਾਲੀ ਆਨਸਰ ਨਾ ਕਰਿਓ ਕੁਐਸਚਨ ਨੂੰ ਧਿਆਨ ਨਾਲ ਪੜ ਲੀਦਾ ਕਿਉਂਕਿ ਅਜੇ ਕੁਐਸਚਨ ਹੀ ਹਮੇਸ਼ਾ ਆਪਾਂ ਕੁਛ ਨਾ ਕੁਛ ਮਿਸਟੇਕ ਕਰ ਦਿੰਨੇ ਆ ਕਿ ਮਾਰਨਿੰਗ ਦੇ ਵਿੱਚ ਨਿਊਜ਼ ਦੇਖੀ ਸੀ ਜੈਦ ਜੀ ਨਿਊਜ਼ ਸੀ ਉਹ ਜੇ ਕੁਐਸਚਨ ਆਇਆ ਨਹੀਂ ਕੁਐਸਚਨ ਨੂੰ ਹਲਕਾ ਜਿਹਾ ਸ਼ਫਲ ਕੀਤਾ ਗਿਆ ਹਮੇਸ਼ਾ ਇਸ ਤਰ੍ਹਾਂ ਦੀ ਚੀਜ਼ ਦਾ ਧਿਆਨ ਰੱਖਿਆ ਕਰੋ ਐਗਜ਼ਾਮੀਨਰ ਹਮੇਸ਼ਾ ਇਹ ਚੀਜ਼ ਕਰਦਾ ਹੀ ਹੈ ਓਕੇ ਉਹਦੇ ਕਿਆ ਉਹਨਾਂ ਨੇ ਫਸਟ ਅਗਰ ਫਸਟ ਤੇ ਫੋਕਸ ਕਰੀਤਾ ਆਪਣੇ ਕੋਲ ਕੀ ਆ ਜਾਂਦਾ ਈਰਾਨ ਆ ਜਾਂਦਾ ਇੰਡੀਆ ਨੇ ਸਭ ਤੋਂ ਜ਼ਿਆਦਾ ਜੀਤੋ ਕ

ਕਿ ਇੰਡੀਆ ਨੇ ਵੀ ਰਸ਼ੀਆ ਤੋਂ ਵੀ ਤੇਲ ਲਿੱਤਾ ਹੈ ਚੌਥੇ ਨੰਬਰ ਤੇ ਆਪਣੇ ਕੋਲ ਕੀ ਦੀ ਹੰਦੀ ਹੈ ਚਾਈਨਾ ਕਿ ਇੰਡੀਆ ਨੇ ਚਾਈਨਾ ਤੋਂ ਵੀ ਕੋਈ ਚੀਜ਼ਾਂ ਲਿੱਤੀ ਹੈ ਲੇਕਿਨ ਉਹਦੇ ਵਿੱਚ ਤੇਲ ਨਹੀਂ ਆਊਗਾ ਉਹਰੇ ਠੀਕ ਹੈ ਲੇਕਿਨ ਉਹਨਾਂ ਨੇ ਇੰਡੀਆ ਮਤਲਬ ਚਾਈਨਾ ਤੋਂ ਵੀ ਲਿੱਤਾ ਜਿਹਦੇ ਕਰਕੇ ਚਾਈਨਾ ਕਿਹੜੀ ਪੋਜੀਸ਼ਨ ਤੇ ਆ ਗਈ ਫੋਰਥ ਪੋਜੀਸ਼ਨ ਤੇ ਆ ਗਈ ਓਕੇ ਚਲੋ ਕਲੀਅਰ ਹੈ ਨੈਕਸਟ ਚੱਲਦੇ ਆ ਆਪਣੇ ਕੋਲ ਨੈਕਸਟ ਆ ਆਪਣੇ ਕੋਲ ਕੀ ਹੈ ਡੈਸ਼ ਇਸ ਦੀ ਓਨਲੀ ਰੈਸਲਰ ਫਰੋਮ ਇੰਡੀਆ ਟੂ ਹੈਵ ਫੋਰ ਮੈਡਲਸ ਇਨ ਦੀ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਹੁਣ ਕੀ ਦੀ ਗੱਲ ਹੋ ਰਹੀ ਆ ਉਹਨੇ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੀ ਗੱਲ ਹੋ ਰਹੀ ਹੈ ਜੋ ਰੀਸੈਂਟਲੀ ਹੋ ਕੇ ਹਟੀਆਂ ਨੇ ਠੀਕ ਹੈ ਹੁਣ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੀ ਗੱਲ ਕਰੀਏ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੀ ਗੱਲ ਕਰੀਏ ਤਾਂ ਇਸ ਚੈਂਪੀਅਨਸ਼ਿਪ ਦਾ ਜੋ ਨਤੀਜਾ ਆਇਆ ਨਤੀਜਾ ਕੀ ਆਇਆ ਨਤੀਜਾ ਇਹ ਆਇਆ ਕਿ ਇਹਦਾ ਜੋ ਟੈਲੀ ਚਾਰਟ ਬਣਿਆ ਟੈਲੀ ਟੇਬਲ ਕਹਿ ਲਓ ਜਾਂ ਮੈਡਲ ਟੈਲੀ ਕਹਿ ਲਓ ਮੈਡਲ ਟੈਲੀ ਟੇਬਲ ਬਣਿਆ ਅਗਰ ਉਦੀ ਗੱਲ ਕਰੀਏ ਉਹਦੀ ਗੱਲ ਕਰੀਏ ਤਾਂ ਉਹਦੇ ਪਹਿਲੇ ਰੈਂਕ ਤੇ ਮਤਲਬ ਸਭ ਤੋਂ ਜ਼ਿਆਦਾ ਮੈਡਲ ਇਕੱਠੇ ਕਰਨ ਵਾਲੀ ਕੰਟਰੀ ਕਿਹੜੀ ਬਣੀ ਹੈ ਯੂਨਾਈਟਿਡ ਸਟੇਟ ਯੂਐਸ ਜਿਹੜੇ ਕੋਲ ਕਿੰਨੇ ਮੈਡਲ ਨੇ ਟੋਟਲ 15 ਮੈਡਲ ਨੇ ਜਿਹਦੇ ਕੋਲ ਕਿੰਨੇ ਮੈਡਲ ਨੇ ਟੋਟਲ 15 ਮੈਡਲ ਨੇ ਕਲੀਅਰ ਅਗਰ ਐਦਾ ਹੀ ਅਗਰ ਗੱਲ ਕਰੀਏ ਆਪਾਂ ਅਗਰ ਅੱਜ ਹੀ ਆਪਾਂ ਇੰਡੀਆ ਦੇ ਕੋਈ ਗੱਲ ਕਰੀਏ ਤਾਂ ਇੰਡੀਆ ਦਾ ਕਿਹੜਾ ਨਾ ਕਹਿੰਦਾ ਇੰਡੀਆ ਦਾ ਕਾਫੀ ਜਾ ਕੇ ਨੀਚੇ ਰਹਿ ਕਹਿੰਦਾ ਕਿੰਨਾ ਰਹਿ ਕੇ ਆ ਜਾਂਦਾ ਇੰਡੀਆ ਦਾ ਇੰਡੀਆ ਜਾਂਦਾ 24th ਰਹਿ ਕੇ ਆ ਜਾਂਦਾ ਕਿਹਦੇ ਵਿੱਚ ਮੈਡਲ ਟੈਲਰੀ ਗੱਲ ਹੋ ਰਹੀ ਹੈ ਕਿਹੜੇ ਮੈਡਲ ਟੈਲਰੀ ਗੱਲ ਹੋ ਰਹੀ ਹੈ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੀ ਗੱਲ ਹੋ ਰਹੀ ਹੈ ਜੋ 2022 ਦੇ ਵਿੱਚ ਹੋਈਆਂ ਸੀ ਹੁਣੇ ਹੀ ਖਤਮ ਹੋਈ ਹੈ ਠੀਕ ਹੈ ਇਹ ਚੈਂਪੀਅਨਸ਼ਿਪ ਹੋਈਆਂ ਕਿੱਥੇ ਸੀ ਉਹਦੀ ਗੱਲ ਕਰੀਏ ਤਾਂ ਸਰਬੀਆ ਦੇ ਵਿੱਚ ਹੋਈਆਂ ਸੀ ਸਰਬੀਆ ਦੇ ਵਿੱਚ ਕਿਹੜੀ ਜਗ੍ਹਾ ਤੇ ਹੋਈਆਂ ਸੀ ਅਗਰ ਉਹਦੀ ਗੱਲ ਕਰੀਏ ਤਾਂ ਸਰਬੀਆ ਦੀ ਜ ਬੈਲਗ੍ਰੇਡ ਦੇ ਵਿੱਚ ਹੋਈਆਂ ਸੀ ਕਿੱਥੇ ਹੋਈਆਂ ਸੀ ਸਰਬੀਆ ਦੀ ਜਿਹੜੀ ਕੈਪੀਟਲ ਹੈ ਬੈਲਗ੍ਰੇਡ ਉੱਥੇ ਹੋਈਆਂ ਸੀ ਠੀਕ ਹੈ ਤਾਂ ਉਹਦੇ ਵਿੱਚੋਂ ਇੰਡੀਆ ਹੈ ਇੰਡੀਆ ਮੈਡਲ ਟੈਲੀ ਦੇ ਵਿੱਚ 24th ਰੈਂਕ ਤੇ ਹੈ ਤੇ ਇੰਡੀਆ ਕੋਲ ਟੋਟਲ ਮੈਡਲ ਕਿੰਨੇ ਆ 2 इंडिया ਕੋਲ ਟੋਟਲ ਮੈਡਲ ਕਿੰਨੇ ਆ ਤੂੰ ਠੀਕ ਹੈ ਉਹਨੇ ਸਾਰੇ ਇਸ ਨਿਊਜ਼ ਦੀ ਗੱਲ ਕਰ ਰਿਹਾ ਇਸ ਨਿਊਜ਼ ਦੇ ਵਿੱਚ ਉਹ ਪੁੱਛ ਰਿਹਾ ਹੈ ਵੀ ਅਜਾ ਕੋਈ ਪਰਸਨ ਦੱਸੋ ਜਿਸ ਪਰਸਨ ਨੇ ਅੱਜ ਤੱਕ ਮਤਲਬ ਜਿੰਨੇ ਵੀ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਟੋਟਲ ਮੈਡਲ ਜਿਸ ਪਰਸਨ ਨੇ ਸਭ ਤੋਂ ਜ਼ਿਆਦਾ ਜਿੱਤਿਆ ਉਹ ਕਿੰਨੇ ਆ ਚਾਰ ਉਕਨੀਆ ਚਾਰ ਮੈਡਲ ਸਭ ਤੋਂ ਜ਼ਿਆਦਾ ਜਿੱਤੇ ਹੈ ਠੀਕ ਹੈ ਉਸ ਪਰਸਨ ਦਾ ਨਾਮ ਦੱਸਣਾ ਵੀ ਉਹ ਚਾਰ ਮੈਡਲ ਕਿੰਨੇ ਜਿੱਤੇ ਆ ਹੁਣ ਦੇਖੋ ਹੁਣ ਆਪਣੇ ਕੋਲ ਆਪਸ਼ਨ ਆ ਕਿ ਰਵੀ ਕੁਮਾਰ ధਈਆ, ਵਿਨੇਸ਼ ਫੋਗੜ, ਸੁਸ਼ੀਲ ਕੁਮਾਰ, ਬਜਰੰਗ ਪੁਨੀਆ ਇਹ ਆਪਣੇ ਕੋਲ ਆਪਸ਼ਨ ਹੈ ਹੁਣ ਇਹਦੇ ਵਿੱਚੋਂ ਇੱਕ ਆਪਸ਼ਨ ਵਿੱਚੋਂ ਕੁਝ ਨਿਊਜ਼ ਆਪਾਂ ਰੀਸੈਂਟਲੀ ਕੁਝ ਦਿਨ ਪਹਿਲਾਂ ਕੀਤੀ ਸੀ ਠੀਕ ਹੈ ਜੋ ਮਾਰਨਿੰਗ ਦੇ ਸੈਸ਼ਨ ਦੇ ਵਿੱਚ ਸੀਗੀ ਤਾਂ ਉਹ ਗੱਲ ਕਰਦੀ ਉਹਦੇ ਵਿੱਚ ਆਪਣੇ ਕੋਲ ਕਿਹਾ ਸੀ ਵਿਨੇਸ਼ ਫੋਗੜ ਆ ਰਿਹਾ ਸੀ ਜਿਨੇ ਨੇ ਜਿਨ੍ਹਾਂ ਨੇ ਦੋ ਮੈਡਲ ਲਿੱਤੇ ਹੋਏ ਨੇ ਹੁਣ ਤੱਕ ਹੁਣ ਤੱਕ ਉਹਨਾਂ ਨੇ ਦੋ ਮੈਡਲ ਲਿੱਤੇ ਹੋਏ ਸੀ ਇਹਨਾਂ ਦੀ ਗੱਲ ਕਰੀਏ ਇਹਨਾਂ ਨੇ 2019 ਦੇ ਵਿੱਚ ਪਹਿਲਾ ਮੈਡਲ ਤੇ ਜਿਹੜਾ ਦੂਜਾ ਮੈਡਲ ਹੈ ਜਿਹੜਾ ਹੁਣ ਲਿੱਤਾ ਉਹ ਕਦੋਂ ਲਿੱਤਾ 2022 ਦੇ ਵਿੱਚ ਲਿੱਤਾ ਹੈ ਠੀਕ ਹੈ ਓਕੇ ਹੁਣ ਗੱਲ ਕਰਨੀ ਆ ਪਿੱਛੇ ਦੋ ਜਿਹੜੇ ਤਿੰਨ ਆਪਸ਼ਨਾਂ ਬਚ ਗੀਆਂ ਉਹਦੇ ਵਿੱਚੋਂ ਹੁਣ ਜਿਹੜੀਆਂ ਤਿੰਨ ਆਪਸ਼ਨਾਂ ਬਚ ਗੀਆਂ ਉਹਦੇ ਵਿੱਚੋਂ ਅਗਰ ਰਾਈਟ ਆਨਸਰ ਦੀ ਗੱਲ ਕਰੇ ਰਾਈਟ ਆਨਸਰ ਆਪਣੇ ਕੋਲ ਕੀ ਆ ਆਪਸ਼ਨ D राइट right आंसर आपने 골 ਕੀਆ অপশন ডি ਜੋ ਕਿ ਆ ਬਜਰੰਗ ਪੁਨੀਆ ਕਿ ਬਜਰੰਗ ਪੁਨੀਆ ਇਸ ਦੀ ਓਨਲੀ ਰੈਸਲਰ ਇਕਲੋਤੇ ਹੈ ਜੇ ਰੈਸਲਰ ਨੇ ਜਿਨ੍ਹਾਂ ਨੇ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੇ ਵਿੱਚ ਟੋਟਲ ਕਿੰਨੇ ਮੈਡਲ ਕਲੈਕਟ ਕਰ ਲਏ ਚਾਰ ਮੈਡਲ ਕਲੈਕਟ ਕਰ ਲਏ ਠੀਕ ਹੈ ਜਿਹਦੇ ਵਿੱਚ ਆ ਜਾਂਦਾ ਆਈ ਥਿੰਕ ਅਗਰ ਈਅਰ ਦੀ ਗੱਲ ਕਰੀਏ ਤਾਂ 17 uh, 17 18 19 ਦੇ 22 ਆਈ ਥਿੰਕ ਇਹੀ ਈਅਰ ਆ ਠੀਕ ਹੈ 22 ਹੁੰਦਾ ਹੈਗਾ ਉਸ ਤੋਂ ਪਹਿਲਾਂ 18 ਵੀ ਹੋਏਗਾ 19 ਵੀ ਹੋਏਗਾ 21 ਈਅਰ ਦੀ ਮੈਨੂੰ ਥੋੜੀ ਕਨਫਿਊਜ਼ਨ ਆ ਆਪਾਂ कर लेंगेगी ओके okay? चलो नैक्सट क्वेश्चन चल रहे हैं ओके नैक्सट क्वेश्चन देखो अपने को प्रेसिडेंट ऑफ कजाकिस्तान जोमात जोत ब्रॉट बैक ओल्ड नेम ऑफ द कंट्रीज कैपिटल ਠੀਕ ਹੈ ਜਿਹੜੇ ਕਜ਼ਾਕਿਸਤਾਨ ਕੰਟਰੀ ਸੀ ਉਹਦੇ ਪਹਿਲਾਂ ਇੱਕ ਕੈਪੀਟਲ ਦਾ ਨਾਮ ਹੁੰਦਾ ਸੀ ਜੋ ਉਹਨਾਂ ਨੇ ਵਾਪਸ ਹੁਣ ਅਡਾਪਟ ਕਰ ਲਿਆ ਕਿਉਂਕਿ ਪਿੱਛੇ ਕੁਝ ਸਾਲਾਂ ਦੇ ਵਿੱਚ ਐਦਾਂ ਹੋਇਆ ਸੀ ਕਜ਼ਾਕਿਸਤਾਨ ਨੇ ਆਪਣੀ ਕੈਪੀਟਲ ਦਾ ਨਾਮ ਚੇਂਜ ਕਰਕੇ ਕੀ ਕਰ ਲਿਆ ਸੀਗਾ ਉਹਨਾਂ ਨੇ ਰੀਸਨ ਕੰਟਰੀ ਦਾ ਨਾਮ ਚੇਂਜ ਕਰਤਾ ਸੀ ਕਿ ਨਾਟ ਕੰਟਰੀ ਬਟ ਕੈਪੀਟਲ ਦਾ ਨੇਮ ਚੇਂਜ ਨਾਮ ਚੇਂਜ ਕਰਕੇ ਕੀ ਰੱਖਤਾ ਸੀ ਨੂਰ ਸੁਲਤਾਨ ਕੀ ਰੱਖਤਾ ਸੀ ਨੂਰ ਸੁਲਤਾਨ ਉਹ ਨੂਰ ਸੁਲਤਾਨ ਕੈਪੀਟਲ ਉਹਦਾ ਨਾਮ ਰੱਖਣ ਦੀ ਕੀ ਵਜ੍ਹਾ ਸੀਗੀ ਉਹਦੇ ਨਾਮ ਰੱਖਣ ਦੀ ਇਹ ਵਜ੍ਹਾ ਸੀ ਉੱਥੋਂ ਦੇ ਜਿਹੜੇ ਇੱਕ ਪ੍ਰੈਜ਼ੀਡੈਂਟ ਸੀਗੇ ਠੀਕ ਹੈ ਪ੍ਰੈਜ਼ੀਡੈਂਟ ਕਹ ਲਓ ਜਾਂ ਕਿੰਗ ਕਹ ਲਓ ਠੀਕ ਹੈ ਉਹਨਾਂ ਨੇ অলਮੋਸਟ 30 ইয়ারਸ ਤੱਕ ਮਤਲਬ ਰਾਜ ਕੀਤਾ ਜਾਂ 30 ইয়ারਸ ਤੱਕ ਪ੍ਰੈਜ਼ੀਡੈਂਟ ਰਹੇ ਕਿਥੋਂ ਦੇ ਕਜ਼ਾਕਿਸਤਾਨ ਦੇ 30 ইয়ার ਲਿਖਿਆ ਹੋਊਗਾ ਜਾਂ 3 ਡੈਕੇਡ ਲਿਖਿਆ ਹੋਊਗਾ ਜਾਂ ਕੀ ਲਿਖਿਆ ਹੋਊਗਾ 3 ਡੈਕੇਡ ਲਿਖਿਆ ਹੋਊਗਾ ਓਕੇ ਉਹਨੋਂ ਦੀ ਗੱਲ ਕੀਤੀ ਹੈ ਇਹਨਾਂ ਨੇ ਜਦੋਂ 30 ਸਾਲ ਤੱਕ ਰਾਜ ਕੀਤਾ ਠੀਕ ਹੈ ਜਾਂ 3 ਡੈਕੇਡ ਤੱਕ ਰਾਜ ਕੀਤਾ ਤਾਂ ਉਹਨਾਂ ਤੋਂ ਮਤਲਬ ਇਹ ਪ੍ਰਭਾਵਿਤ ਹੋ ਗਏ ਇਹਨਾਂ ਦੇ ਨਾਮ ਦੇ ਪਿੱਛੇ ਜੋ ਕੈਪੀਟਲ ਸੀਗੀ ਜੋ ਕੈਪੀਟਲ ਸੀ ਜੋ ਕੈਪੀਟਲ ਦਾ オリジナル ਨਾਮ ਸੀ ਉਹ ਚੇਂਜ ਕਰਕੇ ਕੀ ਰੱਖਤਾ ਨੂਰ ਸੁਲਤਾਨ ਜੋ ਕਿ ਉਹਨਾਂ ਦੇ ਮਤਲਬ ਜਿਹੜੇ 30 ਸਾਲ ਤੱਕ ਰਾਜ ਕੀਤੇ ਸੀ ਜਿਹੜੇ ਪ੍ਰੈਜ਼ੀਡੈਂਟ ਸੀ ਜਿਹੜੇ ਕਿੰਗ ਸੀ ਉਹਨਰ ਆ ਨਾਮ ਸੀ ਓਕੇ ਤਾਂ ਉਹ ਮਤਲਬ ਜਿਹੜਾ ਕੈਪੀਟਲ ਦਾ ਨਾਮ ਕੀ ਰੱਖਤਾ ਨੂਰ ਸੁਲਤਾਨ ਜੋ ਉਹਨਰੇ ਨਾਮ ਤੇ ਰੱਖਿਆ ਸੀ ਹੁਣ ਵਾਪਸ ਇਹੀ ਹੋ ਗਿਆ ਕਿ ਕਜ਼ਾਕਿਸਤਾਨ ਨੇ ਕੀ ਕੀਤਾ ਕਿ ਉਹ ਕੈਪੀਟਲ ਦਾ ਨਾਮ ਨੂਰ ਸੁਲਤਾਨ ਤੋਂ ਵਾਪਸ ਕਰਕੇ ਇਹਨਾਂ ਚ ਕੋਈ ਇੱਕ ਆਪਸ਼ਨ ਹੈ ਜੋ ਪਹਿਲਾਂ ਹੀ ਸੀਗੀ ਉਸ ਕੈਪੀਟਲ ਦਾ ਨਾਮ ਉਹ ਵਾਪਸ ਨਾਮ ਚੇਂਜ ਕਰਤਾ ਠੀਕ ਹੈ ਉਹ ਆਪਸ਼ਨ ਕੀ ਆ ਆਪਣੇ ਕੋਲ ਅਸਤਾਨਾ ਮਸਤਾਨਾ ਮਸਤਾਨਾ ਰਸਤਾਨਾ ਐਂਡ ਨਨ ਆਫ ਥੀਸ ਇਨਾ ਵਿੱਚੋਂ ਕੋਈ ਵੀ ਨਹੀਂ ਠੀਕ ਹੈ ਹੁਣ ਜੇ ਰਾਈਟ ਆਨਸਰ ਦੀ ਗੱਲ ਕਰੇ ਰਾਈਟ ਆਨਸਰ ਆਪਣੇ ਕੋਲ ਕੀ ਹੈ ਆਪਸ਼ਨ ਏ ਰਾਈਟ ਆਨਸਰ ਆਪਣੇ ਕੋਲ ਕੀ ਹੈ ਆਪਸ਼ਨ ਏ ਅਸਤਾਨਾ ਇਸ ਦੀ ਰਾਈਟ ਆਨਸਰ ਓਕੇ ਚਲੋ ਵੇਟ ਇਹਨਾਂ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਦੇ ਨਾ ਠੀਕ ਹੈ ਇਸ ਨਿਊਜ਼ ਦੇ ਨਾਲ ਇੱਕ ਹੋਰ ਚੀਜ਼ ਆਈ ਸੀ ਬਹੁਤ ਈਜ਼ੀ ਕੁਐਸਚਨ ਹੈ ਜੋ ਤੁਹਾਡੇ ਲਈ ਹੈ ਠੀਕ ਹੈ ਇਹਦੇ ਨਾਲ ਇੱਕ ਹੋਰ ਚੀਜ਼ ਕੀਤੀ ਹੈ ਜੋ ਪ੍ਰੈਜ਼ੀਡੈਂਟ ਸੀਗੇ ਠੀਕ ਹੈ ਜੋ ਪ੍ਰੈਜ਼ੀਡੈਂਟ ਸੀਗੇ ਕਿਦੇ ਕਜ਼ਾਕਿਸਤਾਨ ਦੇ ਉਹਨਾਂ ਨੇ ਇੱਕ ਹੋਰ ਚੀਜ਼ ਕੀਤੀ ਹੈ ਕੀ ਕੀਤੀ ਹੈ ਇੱਕ ਅਮੈਂਡਮੈਂਟ ਕੀਤੀ ਹੈ ਕੀ ਕੀਤੀ ਹੈ ਇੱਕ ਅਮੈਂਡਮੈਂਟ ਕੀਤੀ ਹੈ ਅਮੈਂਡਮੈਂਟ ਕਿਦੇ ਵਿੱਚ ਕੀਤੀ ਹੈ ਕਨਸਟੀਟਿਊਸ਼ਨ ਦੇ ਵਿੱਚ ਕੀਤੀ ਹੈ ਅਮੈਂਡਮੈਂਟ ਉਹਨਾਂ ਨੇ ਕਨਸਟੀਟਿਊਸ਼ਨ ਕਿਹੜੀ ਕਜ਼ਾਕਿਸਤਾਨ ਦੀ ਕਨਸਟੀਟਿਊਸ਼ਨ ਉਸ ਕਨਸਟੀਟਿਊਸ਼ਨ ਦੇ ਵਿੱਚ ਉਹਨਾਂ ਨੇ ਕੀ ਕੀਤਾ ਵੀ ਜੋ ਪ੍ਰੈਜ਼ੀਡੈਂਸੀ ਪ੍ਰੈਜ਼ੀਡੈਂਟ ਦਾ ਜੋ ਟਰਨ ਪੀਰੀਅਡ ਹੁੰਦਾ ਹੈ ਪ੍ਰੈਜ਼ੀਡੈਂਟ ਦਾ ਜੋ ਟਰਨ ਪੀਰੀਅਡ ਹੁੰਦਾ ਉਸ ਟਰਨ ਪੀਰੀਅਡ ਨਾਰਮਲੀ ਕਿੰਨਾ ਹੁੰਦਾ 5 ਇਅਰ ਹੁੰਦਾ ਹੈ ਟਰਮ ਪੀਰੀਅਡ ਨਾਰਮਲੀ ਕਿੰਨਾ ਹੁੰਦਾ 5 ਸਾਲ ਹੁੰਦਾ ਠੀਕ ਹੈ ਤੇ ਉਹਦੇ ਵਿੱਚ ਪ੍ਰੈਜ਼ੀਡੈਂਟ ਨੇ ਕੀ ਕੀਤਾ ਉੱਥੋਂ ਦੇ ਕਿ ਉਹ 5 ਸਾਲ ਦੇ ਟਰਮ ਪੀਰੀਅਡ ਨੂੰ ਐਕਸਟੈਂਡ ਕਰਕੇ ਇੱਕ ਫਰਦਰ ਇੱਕ ਹੋਰ ਕਰਤਾ ਮਤਲਬ ਕਿੰਨਾ ਕੀਤਾ ਉਹ ਤੁਸੀਂ ਦੱਸਣਾ ਠੀਕ ਹੈ 5 ਸਾਲ ਤੋਂ ਇਨਕਰੀਜ਼ ਕਰਤਾ 6 ਕੀਤਾ 7 ਕੀਤਾ 8 ਕੀਤਾ 9 ਕੀਤਾ ਇਹ ਤੁਹਾਡੇ ਕੋਲ ਆਪਸ਼ਨਾਂ ਨੇ 6 7 8 9 ਮੈਂ ਆਪਸ਼ਨ A ਲਿਖ ਦਿਨਾ 6 B ਹੋਗੀ 7 C ਹੋਗੀ 8 ਔਰ D ਹੋਗੀ 9 ਠੀਕ ਹੈ ਇੱਥੇ ਆ ਜੂਗਾ ইয়ার ਐਟ ਸੋਨ ਠੀਕ ਹੈ 6 ਇਅਰ 7 ਇਅਰ 8 ਇਅਰ 9 ਇਅਰ ਮਤਲਬ ਜੋ ਪ੍ਰੈਜ਼ੀਡੈਂਟ ਦਾ ਟਰਮ ਪੀਰੀਅਡ ਹੈ ਪ੍ਰੈਜ਼ੀਡੈਂਟ 5 ਸਾਲ ਦਾ ਪ੍ਰੈਜ਼ੀਡੈਂਟ ਜਦੋਂ ਉਸ ਤੋਂ ਬਾਅਦ ਰੀਇਲੈਕਟ ਹੁੰਦਾ ਹੈ ਉਹ 5 ਸਾਲ ਦਾ ਟਾਈਮ ਪੀਰੀਅਡ ਐਕਸਟੈਂਡ ਕਰਤਾ ਕਿੰਨੇ ਸਾਲ ਕਰਤਾ ਉਹ ਤੁਸੀਂ ਦੱਸਣਾ ਹੈ ਉਰੇ ਕੀ ਕੀਤਾ ਇਹਨਾਂ ਨੇ ਐਕਸਟੈਂਡ ਕੀਤਾ ਓਕੇ ਇਹ ਵੀ ਇੱਕ ਕੁਐਸਚਨ ਹੈ ਤੁਹਾਡੇ ਲਈ ਠੀਕ ਹੈ ਆਨਸਰ ਕਰ ਦਿਓ ਨੀਚੇ ਕਮੈਂਟ ਬਾਕਸ ਦੇ ਵਿੱਚ ਜਾਂ ਲਾਈਵ ਚੈਟ ਦੇ ਵਿੱਚ ਫਟਾਫਟ ਆਨਸਰ ਕਰ ਦਿਓ ਚਲੋ ਅੱਗੇ ਚੱਲੀਏ ਚਲੋ ਨੈਕਸਟ ਕੁਐਸਚਨ ਦੇਖੋ ਓਕੇ ਅਜਾ ਲਾਸਟ ਕੁਐਸਚਨ ਹੈ ਇਹ ਤੁਹਾਡੇ ਲਈ ਇੱਕ ਕੁਐਸਚਨ ਤੁਹਾਡੇ ਲਈ ਹੈ ਜਿਹੜਾ ਤੁਸੀਂ ਆਪਾਂ ਹਮੇਸ਼ਾ ਕਰਦੇ ਆ ਇੱਕ ਪੰਜ ਕੁਐਸਚਨ ਮੈਂ ਕਰਦਾ ਇੱਕ ਕੁਐਸਚਨ ਤੁਹਾਡੇ ਲਈ ਦੀਨਾ ਜਿਹੜਾ ਤੁਸੀਂ ਕਮੈਂਟ ਨੀਚੇ ਮਤਲਬ ਜਿਹਦਾ ਆਨਸਰ ਤੁਸੀਂ ਨੀਚੇ ਕਮੈਂਟ ਬਾਕਸ ਦੇ ਵਿੱਚ ਕਰੋਗੇ ਓਕੇ ਕੁਐਸਚਨ ਦੇਖੋ ਕੀ ਹੈ ਵਿਚ ਆਫ ਦੀ ਫੋਲੋਇੰਗ ਥਰੀ ਸਟੇਟਸ ਟਾਪ ਇਨ ਦੀ ਆਰਡਰ ਟ੍ਰੇ ਟ੍ਰੇਲਸ ਪੈਂਡਿੰਗ ਐਂਡ ਦੀ ਫੈਕਟ ਟ੍ਰੈਕ ਉਹ ਫਾਸਟ ਟਰੈਕ ਕੋਰਸ ਉਹਨਾਂ ਦੇ ਵਿੱਚ ਕੀ ਕਰਿਆ ਉਹਨਾਂ ਦੇ ਵਿੱਚ ਗੱਲ ਹੋ ਰਹੀ ਹੈ ਫਾਸਟ ਟਰੈਕ ਕੋਰਸ ਦੀ ਗੱਲ ਹੋ ਰਹੀ ਹੈ ਕਿਦੇ ਵਿੱਚ ਗੱਲ ਹੋ ਰਹੀ ਹੈ ਫਾਸਟ ਟਰੈਕ ਕੋਰਸ ਦੇ ਵਿੱਚ ਗੱਲ ਹੋ ਰਹੀ ਹੈ ਹੁਣ ਫਾਸਟ ਟਰੈਕ ਕੋਰਸ ਕੀ ਸੀ ਕੀ ਚੀਜ਼ ਸੀਗੀ ਜੇ ਫਾਸਟ ਟਰੈਕ ਕੋਰਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਇਹ ਸੀਗਾ ਕਿ ਮੈਕਸਿਮਮ ਜਿੰਨੇ ਵੀ ਪੈਂਡਿੰਗ ਕੇਸਿਸ ਨੇ ਉਹਨਾਂ ਨੂੰ ਫਟਾਫਟ ਨਿਪਟਾਓ ਤੇ ਉਹਨੂੰ ਜਲਦੀ ਜਲਦੀ ਖਤਮ ਕਰੋ ਉਹਦੀ ਗੱਲ ਕੀਤੀ ਹੈ ਹੁਣ ਇਹ ਸਾਰੀ ਸਾਰੀ ਨਿਊਜ਼ ਦੇ ਵਿੱਚ ਕੀ ਹੈ ਤੁਸੀਂ ਇਹ ਦੱਸਣਾ ਤਿੰਨ ਸਟੇਜ ਦੱਸਣੀ ਹੈ ਉਹ ਤਿੰਨ ਸਟੇਟ ਦੱਸਣੀ ਹੈ ਓਵਲੀ ਸਟੇਟ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪੈਂਡਿੰਗ ਕੇਸਿਸ ਨੇ ਜਿਹਦੇ ਵਿੱਚ ਕੀ ਨੇ ਸਭ ਤੋਂ ਜ਼ਿਆਦਾ ਟ੍ਰਾਇਲਸ ਪੈਂਡਿੰਗ ਪਈਆਂ ਨੇ ਮਤਲਬ ਜਿਹੜੇ ਕੇਸਿਸ ਨੇ ਓ ਕੀ ਨੇ ਪੈਂਡਿੰਗ ਨੇ ਪਹਿਲੇ ਨੰਬਰ ਤੇ ਕਿਹੜੀ ਸਟੇਟ ਹੈ ਠੀਕ ਹੈ ਉਹ ਦੱਸਣੀ ਹੈ ਫਿਰ ਦੂਜੇ ਨੰਬਰ ਤੇ ਕਿਹੜੀ ਸਟੇਟ ਆ ਉਹ ਦੱਸਣੀ ਹੈ ਫਿਰ ਤੀਜੇ ਨੰਬਰ ਤੇ ਕਿਹੜੀ ਸਟੇਟ ਆ ਉਹ ਦੱਸਣੀ ਹੈ ਤੁਸੀਂ ਇਹੀ ਆਰਡਰ ਚ ਕਿਉਂ ਦੱਸਣੀ ਹੈ ਕਿਉਂਕਿ ਕੁਐਸਚਨ ਨੇ ਉਹਦੇ ਲਿਖਿਆ ਹੋਇਆ ਇਨ ਦੀ ਆਰਡਰ ਜਿਸ ਆਰਡਰ ਚ ਨੇ ਉਸੇ ਆਰਡਰ ਦੇ ਵਿੱਚ ਤੁਸੀਂ ਆਨਸਰ ਕਰਨਾ ਹੈ ਠੀਕ ਹੈ ਅਗਰ ਕੋਈ ਮਤਲਬ ਉੱਪਰ-ਨੀਚੇ ਹੋਈ ਤੁਸੀਂ ਉਸ ਤਰੀਕੇ ਨਾਲ ਨਹੀਂ ਚੱਲਣਾ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਅਗਰ ਸਟੇਟ ਲਿਖੀ ਹੋਈ ਹੈ ਉਹ ਫਰਸਟ ਰੈਂਕ ਮੰਨ ਲਓ ਮਤਲਬ ਸਭ ਤੋਂ ਟੌਪ ਤੇ ਆ ਰਹੀ ਹੈ ਜਿਹਦੇ ਵਿੱਚ ਮਤਲਬ ਸਭ ਤੋਂ ਜ਼ਿਆਦਾ ਕੇਸ ਪੈਂਡਿੰਗ ਨੇ ਜਿਹੜੇ ਦੂਜੇ ਨੰਬਰ ਤੇ ਲਿਖੀ ਹੋਈ ਹੈ ਮਤ ਤੀਜੇ ਨੰਬਰ ਤੇ ਲਿਖਿਓ ਮਤਲਬ ਉਹ ਥਰਡ ਪੋਜੀਸ਼ਨ ਤੇ ਆਜੂਗੀ ਇਨ ਦੀ ਆਰਡਰ ਦਾ ਮਤਲਬ ਹੋਇਆ ਇਹ ਠੀਕ ਹੈ ਇਹਦੇ ਤੇ ਮਤਲਬ ਕਨਫਿਊਜ਼ ਨਹੀਂ ਹੋਣਾ ਇਹਦੇ ਬੇਸਿਸ ਤੇ ਤੁਸੀਂ ਗਲਤ ਆਨਸਰ ਨਹੀਂ ਕਰਨਾ ਕਲੀਅਰ ਓਕੇ ਚਲੋ ਇਹ ਕੁਸ਼ਣ ਤੁਹਾਡੇ ਲਈ ਹੈ ਇਹਰਾ ਆਨਸਰ ਨੀਚੇ ਕਮੈਂਟ ਬਾਕਸ ਦੇ ਵਿੱਚ ਕਰ ਦਿਓ ਚਲੋ ਜੀ ਨੈਕਸਟ ਚੱਲਦੇ ਆਪਾਂ ਓਕੇ ਦੈਟਸ ਆਲ ਫॉर ਟੂਡੇ ਠੀਕ ਹੈ ਇੱਕ ਚੀਜ਼ ਦਾ ਧਿਆਨ ਰੱਖੋ ਜਿਹੜੀ ਇਹ ਸੀਰੀਜ਼ ਹੈ ਡੇਲੀ ਹੀ ਆਉਂਦੀ ਰਹੂਗੀ ਤੁਹਾਨੂੰ ਮੰਡੇ ਟੂ ਸੈਚਰਡੇ ਰਾਤੀ 9 ਵਜੇ ਸਕਸੈਸ 3 ਦੇ ਪੰਜਾਬ ਦੇ ਚੈਨਲ ਤੇ ਤੁਹਾਨੂੰ ਇਹ ਡੇਲੀ ਦੇਖੋ ਨੂੰ ਮਿਲੇਗੀ ਜਿਹਦੇ ਵਿੱਚ ਤੁਸੀਂ ਆਪਣੀ ਰੋਜ਼ ਦੀ ਰੋਜ਼ ਰਿਵੀਜ਼ਨ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੀ ਤੁਹਾਡੀ ਕਿੰਨੀ ਮੈਮਰੀ ਸ਼ਾਰਪ ਹੈ ਸਵੇ ਦੀ ਚੀਜ਼ ਕਿੱਤੀ ਹੋਈ ਹੁਣ ਤੱਕ ਯਾਦ ਰਹਿ ਰਹੀ ਹੈ ਕਿ ਨਹੀਂ ਰਹੀ ਠੀਕ ਹੈ ਐਦਾਂ ਹੀ ਅਸੀਂ ਡੇਲੀ ਦੇ ਡੇਲੀ ਇਹ ਚੀਜ਼ ਪ੍ਰੋਵਾਈਡ ਕਰਦੇ ਰਾਵਾਂਗੇ ਜੁੜੇ ਰਹੋ ਅਨਸਰ ਕਰਦੇ ਰਹੋ ਤੇ ਦੇਖਦੇ ਰਹੋ 댓ਸ ਆਲ ਫॉर ਟੂਡੇ ਟੇਕ ਕੇਅਰ ਬਾਏ ਬਾਏ ਸੀ ਯੂ ਐਂਡ ਜੈ ਹਿੰਦ